बसना उहा चरण गोविंद जी के बसना।
जगत प्रभ की गाओ मेरी रचना, कीरत प्रभ की गाओ मेरी रचना। तृष्ण ना बूझी बहरंग माया, तृष्ण ना बूझी बहरंग माया, तृष्ण ना बूझी बहरंग माया, तृष्ण ना बूझी बहरंग माया। नाम लेत सर्व सुख पाया, नाम लेत सुख पाया, नाम लेत सर्व सुख पाया, नाम लेत सर्व सुख पाया। अनक बार कर बंदन संतन, अनक बार कर बंदन संतन, उहा चरण गोविंद जी के बसना, उहा चरण गोविंद जी के बसना। कीरत प्रभ की गाओ मेरी रसना, कीरत प्रभ की गाओ। पार ब्रह्म जब पे दयाल, पार ब्रह्म जब पे दयाल, कहो नानक तो छूटे जंजाल, कहो नानक तो छूटे जंजाल। कीरत प्रभ की गाओ मेरी रसना, कीरत प्रभ की गाओ मेरी रसना, कीरत प्रभ की गाओ मेरी रसना, कीरत प्रभ की गाओ मेरी रसना। अनक बार कर बंदन संतन, अनक बार कर बसना, उहा चरण गोविंद जी के बसना। कीरत प्रभ की गाओ मेरी रसना, कीरत प्रभ की गाओ मेरी रसना, कीरत प्रभ की, कीरत प्रभ की, कीरत प्रभ की गाओ मेरी रसना। अनक बार कर बंधन संतन, अनक बार कर बंधन संतन, उहा चरण गोविंद जी के बसना, उहा चरण बसना। कीरत प्रभ की गाओ मेरी रसना, कीरत प्रभ की गाओ मेरी रसना। तू ही
रसना जपती तू ही तू ही, रसना जपती तू ही तू ही, रसना जपती तू ही तू ही, रसना जपती जपती तू ही तू ही, रसना जपती प्रतिपालक मात गर्भ, तुम ही 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 प्रतिपालक मंडल एक तू ही, मृत मंडल एक तू ही, मृत मंडल एक तू ही, मृत मंडल एक तू ही, तू ही तू ही तू ही, रसना जपती 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 तू ही तू ही, तू ही तू ही तू ही तू ही तू ही तू ही, जपती तू ही तू ही, रसना जपती तू ही तू ही, तुम है पिता तुम ही पुन माता, तुम है पिता तुम ही पुन माता, तुम है पिता तुम ही
तुम परवार तुम है आधारा तुम परवार तुम है आधारा तुम है जी प्राण दाता तुम है जी प्राण दाता जपती तू ही तू ही रसना जपती तू ही तू ही रसना जपती तू ही तू ही रसना जपती जपती तू ही तू ही रसना जपती तू ही तू वाहे गुरु 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 वाहे रसना जपती
ਸ਼ਬਦ ਨੂੰ ਨਾਲ ਲੈ ਕੇ ਜਾਣਾ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ ਤੂੰ ਹੀ ਤੂੰ ਹੀ ਜਦ ਰਸਨਾ ਜਪਣ ਲੱਗ ਜਾਏਗੀ ਫਿਰ ਕੀ ਹੋਏਗਾ ਦੁਨੀਆਂ ਵਿੱਚ ਕੋਈ ਚੀਜ਼ ਸਾਨੂੰ ਸਵਾਦ ਲੱਗਦੀ ਸਾਡੀ ਜੇਬਾਂ ਨੂੰ ਸਵਾਦ ਲੱਗਦੀ ਹੈ ਸਾਡੀ ਰਸਨਾ ਨੂੰ ਸਵਾਦ ਲੱਗਦਾ ਅਤੇ ਬੰਦਾ ਉਹਨੂੰ ਮੁੜ ਮੁੜ ਖਾਂਦਾ ਦੁਬਾਰਾ ਦੁਬਾਰਾ ਡਿਮਾਂਡ ਕਰ ਕਰਕੇ ਬਣਵਾ ਬਣਵਾ ਕੇ ਖਾਂਦਾ ਜਾਂ ਜਾ ਕੇ ਖਾਂਦਾ ਇਸੇ ਤਰੀਕੇ ਨਾਲ ਜਦ ਰਸਨਾ ਨੂੰ ਨਾਮ ਦਾ ਸਵਾਦ ਲੱਗ ਜਾਂਦਾ ਨਾਮ ਦਾ ਸਵਾਦ ਆਉਣ ਲੱਗ ਜਾਂਦਾ ਫਿਰ ਕੀ ਹੁੰਦਾ ਫਿਰ ਇਸ ਨੂੰ ਵੀ ਚਾਅ ਚੜ੍ਹਦਾ ਫਿਰ ਇਹ ਗਾਉਂਦਾ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਅਜੇ ਨਹੀਂ ਅੰਦਰੋਂ ਮਨ ਨਹੀਂ ਕਰਦਾ ਅਜੇ ਤਾਂ ਨਿੰਦਾ ਚੁੰਗਲੀਆਂ 'ਚ ਹੀ ਬੜਾ ਸਵਾਦ ਆਉਂਦਾ ਰਸਨਾ ਨੂੰ ਅਜੇ ਉਹਦਾ ਸਵਾਦ ਪਿਆ ਹੋਇਆ ਨਾ ਹੁਣ ਕਰੀਏ ਕੀ ਕਰਨਾ ਇਹੀ ਹੈ ਇੱਕ ਪਾਸੋਂ ਹਟਾ ਕੇ ਦੂਜੇ ਪਾਸੇ ਲਾਉਣਾ ਜਦ ਚੰਗੇ ਪਾਸੇ ਲੱਗ ਜਾਏਗਾ ਤਾਂ ਫਿਰ ਮਾੜੇ ਪਾਸੇ ਦੀ ਜਗ੍ਹਾ ਹੀ ਨਹੀਂ ਬਚੇਗੀ ਜੀ ਹੁਣ ਇੱਕ ਸਵਾਦ ਦੀ ਗੱਲ ਹੈ ਕਿ ਕਿਹੜਾ ਸਵਾਦ ਤੁਸੀਂ ਦੇਣਾ ਚਾਹੁੰਦੇ ਹੋ ਚੰਗਾ ਸਵਾਦ ਦੇ ਤਾ ਉਹਨੂੰ ਮੁੜ ਮੁੜ ਚੱਖੇਗਾ ਅਤੇ ਮਾੜਾ ਦੇ ਤਾ ਤਾਂ ਉਹਨੂੰ ਵੀ ਮੁੜ ਮੁੜ ਚੱਖੇਗਾ ਇਹਨੂੰ ਨਹੀਂ ਸਮਝ ਸਮਝ ਤੁਸੀਂ ਦੇਣੀ ਗੁਰੂ ਸਾਹਿਬ ਨੇ ਤੁਹਾਨੂੰ ਇਹ ਸੁਮਤ ਬਖਸ਼ੀ ਤੁਹਾਡੇ 'ਤੇ ਕਿਰਪਾ ਕੀਤੀ ਹੋਰ ਕਿਹੜੀ ਕਿਰਪਾ ਭਾਲ ਦਿਓ ਕਿਰਪਾ ਹੋਈਏ ਤਾਂ ਹੀ ਤਾਂ ਜਨਮ ਮਿਲਿਆ ਨਾ ਤੁਮਰੀ ਕਿਰਪਾ 'ਤੇ ਮਾਨੁੱਖ ਦੇ ਪਾਈ ਫਿਰ ਅਸੀਂ ਕਹਿੰਦੇ ਜੀ ਕਿਰਪਾ ਹੋਏਗੀ ਕਿਰਪਾ ਹੋਏਗੀ ਕਿਰਪਾ ਹੋਈ ਤਾਂ ਹੀ ਤਾਂ ਜਨਮ ਮਿਲਿਆ ਭਲਿਆ ਹੁਣ ਕਿਰਪਾ ਨੂੰ ਸਾਂਭ ਤਾਂ ਲੈ ਹੁਣ ਫਿਰ ਤੂੰ ਹੁਣ ਕਹਿਣਾ ਮੈਂ ਨਿੰਦਾ ਵੀ ਚੱਕਰਾਂ ਅਤੇ ਚੁਗਲੀਆਂ ਵੀ ਕਰਾਂ ਅਤੇ ਵਿਖ ਖਾਈ ਵੀ ਜਾਵਾਂ ਮਾਸ ਵੀ ਖਾਈ ਜਾਵਾਂ ਅਤੇ ਸ਼ਰਾਬ ਵੀ ਪੀ ਵੀ ਜਾਵਾਂ ਫਿਰ ਕਹਾਂ ਮੈਨੂੰ ਨਾਮ ਦਾ ਸਵਾਦ ਨਹੀਂ ਆਉਂਦਾ ਉਹ ਭਲਿਆ ਮੈਮਰੀ ਕਾਰਡ ਤੇਰਾ 32 GB ਦਾ ਹੈ ਹੁਣ 64 GB ਕਿੱਥੋਂ ਭਰੇਗਾ ਉਹਦੇ ਵਿੱਚ ਜੇ ਮੈਮਰੀ ਕਾਰਡ ਹੀ 32 GB ਦਾ ਹੈ ਹੁਣ ਉਹ 'ਚ ਭਾਵੇਂ ਤੂੰ ਚੰਗੀ ਚੀਜ਼ਾਂ ਭਰ ਲੈ ਭਾਵੇਂ ਮਾੜੀ ਭਰ ਲੈ ਹੁਣ ਤੂੰ ਮਾੜੀਆਂ ਸਾਰੀ ਭਰ ਲਈ ਹੁਣ ਕਿ ਚੰਗੀ ਚੀਜ਼ ਨਾ ਆਉਂਦੀ ਨਹੀਂ ਪਈ ਦੇਖਣਾ ਇਹਦੇ 'ਚ ਕੀ ਪ੍ਰੋਬਲਮ ਹੈ ਜਾ ਕੇ ਵਾਰ ਵਾਰ ਤੂੰ ਆਉਂਦਾ ਦਿਖਾਉਂਦਾ ਆਪਣਾ ਮੈਮਰੀ ਕਾਰਡ ਕਿ ਗੁਰੂ ਸਾਹਿਬ ਦੇਖੋ ਆ ਜਿਹੜੀ ਮੇਰੀ ਮੱਤ ਹੈ ਇਹਦੇ ਵਿੱਚ ਨਾਮ ਕਿਉਂ ਨਹੀਂ ਆਉਂਦਾ ਇਹਨੂੰ ਨਾਮ ਦਾ ਸਵਾਦ ਕਿਉਂ ਨਹੀਂ ਆਉਂਦਾ ਤਾਂ ਗੁਰੂ ਸਾਹਿਬ ਫਿਰ ਸ਼ੀਸ਼ਾ ਦਿਖਾਉਂਦੇ ਆ ਕਹਿੰਦੇ ਜੇ ਤੇਰਾ ਜਿਹੜਾ ਸਵਾਦ ਹੈ ਨਾ ਉਹ ਤੇਰਾ ਸਵਾਦ ਅਜੇ ਕਿਤੇ ਹੋਰ ਲੱਗਾ ਹੋਇਆ ਤੈਨੂੰ ਨਿੰਦਾ ਕੋਈ ਮਿਲ ਜਾਏ ਬਸ ਫਿਰ ਤੂੰ ਘੰਟਾ ਵਧੀ ਫਿਰ ਤੂੰ ਸਮਾਂ ਨਹੀਂ ਵੇਖਦਾ ਫਿਰ ਘੜੀ ਨਹੀਂ ਵੇਖਦਾ ਜਪਜੀ ਸਾਹਿਬ ਕਰਨਾ ਹੋਇਆ ਨਾ ਹੋਈ
ਪੰਜ ਮਿੰਟ ਹੈਗੇ, ਸੱਤ ਮਿੰਟ ਹੈਗੇ, ਬਸ ਫਟਾਫਟ ਹੋ ਜਾਏ, ਖਤਮ ਹੋਏ ਫਟਾਫਟ। ਥੋੜ੍ਹੀ ਦੇਰ ਅਸੀਂ ਪਹਿਲਾਂ ਨਹੀਂ ਉੱਠ ਸਕਦੇ, ਪੂਰੇ ਪੂਰੇ ਟਾਈਮ 'ਤੇ ਉੱਠ ਕੇ ਆਦਤ ਤੋਂ ਮਜਬੂਰ, ਕਿਉਂ ਆਦਤ ਦੀ ਗੱਲ ਹੈ ਸਾਰੀ। ਜਿੱਦਾਂ ਜਿੱਦਾਂ ਆਦਤ ਬਣਾਤੀ ਬੱਚੇ ਨੂੰ, ਇੱਕ ਵਾਰੀ ਤੁਸੀਂ ਆਦਤ ਪਵਾ ਦਿਓ ਬਚਪਨ ਤੋਂ ਹੀ, ਬਈ ਹੁਣ ਚੋਕਲੇਟ ਖਾਣੀ ਹੈ, ਟੋਫੀਆਂ ਖਾਣੀ, ਫਿਰ ਉਹ ਲੜ ਲੜ ਕੇ ਮੰਗਦਾ ਹੈ ਨਾ ਮੰਮੀ ਟੋਫੀ ਚਾਹੀਦੀ ਹੈ, ਫਿਰ ਤੁਸੀਂ ਆਪ ਲਾਲਚ ਦੇ ਦੇ ਕੇ ਉਹਦੇ ਕੋਲ ਕੰਮ ਲੈਂਦੇ ਹੋ, ਕਿਉਂ? ਕਿਉਂਕਿ ਉਹਨੂੰ ਆਦਤ ਪੈ ਗਈ। ਇਸੇ ਤਰੀਕੇ ਨਾਲ ਜਿਸ ਦੇ ਨਾਮ ਦੀ ਆਦਤ ਪੈ ਗਈ ਨਾ, ਫਿਰ ਉਹ ਗਾਏਗਾ ਰਸਨਾ ਜਪਤੀ ਤੂੰ ਹੀ ਰਸਨਾ ਜਪਤੀ। ਜਦ ਗਾਏਗਾ ਤਾਂ ਫਿਰ ਉਹਨੂੰ ਨਜ਼ਰ ਵੀ ਆਏਗਾ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ। ਫਿਰ ਜਿਹੜੀ ਰਸਨਾ ਜਪਦੀ ਨਾ ਤੂੰ ਹੀ ਤੂੰ ਹੀ, ਉਹਨੂੰ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ, ਉਹ ਬੜੇ ਪਿਆਰ ਨਾਲ ਸਮਝੀਏ। ਸਾਰਸਨਾ ਤਨ ਤਨ ਹੈ, ਗੁਰੂ ਸਾਹਿਬ ਕਹਿ ਰਹੇ ਨੇ ਉਹ ਰਸਨਾ ਧਨ ਧਨ ਹੈ ਜਿਹੜੀ ਕਹਿੰਦੀ ਹੈ ਵਾਹਿਗੁਰੂ। ਅੱਜ ਕਹਿਣ ਲੱਗ ਗਏ ਨੇ ਕਿ ਵੀ ਵਾਹਿਗੁਰੂ ਕਹਿਣ ਨਾਲ ਕੀ ਹੋ ਜਾਏਗਾ, ਉਹ ਵਾਹਿਗੁਰੂ ਕਹਿਣ ਨਾਲ ਹੀ ਸਭ ਕੁਛ ਹੋ ਜਾਏਗਾ। ਉਸ ਤੋਂ ਇਲਾਵਾ ਹੋਰ ਕੀ ਕਹਿਣ ਨਾਲ ਕੁਛ ਹੋ ਸਕਦਾ? ਵਿਸ਼ਵਾਸ ਤਾਂ ਇੱਥੇ ਹੋਣਾ ਚਾਹੀਦਾ ਸੀ। ਅੱਜ ਕੁਸ਼ਚਨ ਕਿੱਥੇ ਉੱਠਦਾ, ਵਾਹਿਗੁਰੂ ਕਹਿਣ ਨਾਲ ਕੀ ਹੋ ਜਾਏਗਾ, ਕਹੀ ਜੋ ਵਾਹਿਗੁਰੂ। ਸੁਖਮਨੀ ਸਾਹਿਬ ਅਸੀਂ ਰੋਜ਼ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਕੀ ਹੈ? ਹੁਣ ਤੁਸੀਂ ਕਹੋ ਜੀ ਉਹ ਤਾਂ ਸੁਰਤ ਵਿੱਚ ਹੋਣਾ ਚਾਹੀਦਾ, ਸਿਮਰਨ ਕੀ ਹੈ ਯਾਦ ਉਹਦੀ? ਉਹ ਅਸੀਂ ਇੰਨੇ ਅਜੇ ਅਵਸਥਾ ਸਾਡੀ ਉੱਚੀ ਹੋਈ ਨਹੀਂ ਕਿ ਸਾਡੇ ਰੋਮ ਰੋਮ ਵਿੱਚ ਜਿਹੜੇ ਚੱਲਦਾ ਨਾ, ਫਿਰ ਉਹ ਨਹੀਂ ਬੋਲਦਾ ਜੇਵਾ ਦੇਣਾ। ਪਰ ਜਦ ਤੱਕ ਉਹ ਅਵਸਥਾ ਨਹੀਂ ਹੈ, ਸ਼ੁਰੂਆਤ ਕੀ ਹੈ? ਸ਼ੁਰੂਆਤ ਤਾਂ ਇੱਥੋਂ ਹੀ ਹੋਣੀ ਪਈ, ਸਿੱਧਾ ਹੀ MBA ਦੀ ਪੜ੍ਹਾਈ ਨਹੀਂ ਹੋ ਜਾਂਦੀ, ਸ਼ੁਰੂਆਤ ਇੱਥੋਂ ਹੀ ਕਰਨੀ ਪੈਂਦੀ, ਕਹਿਣਾ ਪੈਂਦਾ ਹੈ। ਨਲਕੇ ਵਿੱਚ ਪਾਣੀ ਪਾਉਣਾ ਪਏਗਾ ਸ਼ੁਰੂਆਤ ਵਿੱਚ, ਫਿਰ ਨਲਕੇ ਤੋਂ ਪਾਣੀ ਆਏਗਾ। ਹੁਣ ਸ਼ੁਰੂਆਤ 'ਚ ਗਏ ਜੀ ਨਲਕਾ ਪਾਣੀ ਨਹੀਂ ਦਿੰਦਾ, ਨਹੀਂ, ਜਪਣਾ ਪਏਗਾ ਸ਼ੁਰੂਆਤ 'ਤੇ, ਇਹ ਤੋਂ ਹੀ ਹੋਣੀ ਹੈ। ਆਓ ਬੜੇ ਪਿਆਰ ਨਾਲ ਗੁਰੂ ਸਾਹਿਬ ਕਹਿ ਰਹੇ ਨੇ, ਅਤੇ ਆਓ ਨਾਲ ਸਾਰੇ ਗਾਓ ਮਿਲ ਕੇ। ਸਾਰਸਨਾ ਧਨ ਧਨ ਹੈ, ਸਾਰਸਨਾ ਧਨ ਧਨ ਹੈ, ਜਪੋ ਜੀ।
पले सोबनीक है मेरी जिंदड़ी मेरी जिंदड़ी ते श्रवण पले कीर्तन सुन है हर तेरे राम हर कीर्तन सुन है हर तेरे राम हर कीर्तन सुन है हर तेरे राम हर कीर्तन सुन है हर तेरे राम सारस नाथन तन है तन तन है तन तन प्रभु के रे राम गुण गावे हर प्रभु के रे राम गुण गावे हर प्रभु के रे राम गुण गावे हर प्रभु के रे राम सारस ना तन तन है तन तन वाहगुरु 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 वाहगुरु
ਵਾਹਿਗੁਰੂ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਗੁਣ ਗਾਵੇ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਗੁਣ ਗਾਵੇ ਸਾਰਸ ਨਾ ਤਨ ਤਨ ਸਾਰਸ ਨਾ ਤਨ ਤਨ ਮੇਰੀ ਜਿੰਦੜੀਏ 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 ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਮੇਰੀ ਜਿੰਦੜੀਏ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਮੇਰੀ ਜਿੰਦੜੀਏ ਮੇਰੀ ਜਿੰਦੜੀਏ ਮੇਰੀ ਜਿੰਦੜੀਏ
रसना तन तन केड़ी रसना तन तन जेड़ी परमात्मा दा नाम जपदे गुण गाउंदे और असी लोग सारे की करते हैं असी इस जेवा दे नाल किन्ना नाम जपदे हां ते किन्ना निंदा चुगलियां करदे हां सानू पता है किन्ना माड़ा बोलदे हां सानू पता है हुण आप वेखना है अपने आप नूं विचारना है कि किस वल नूं तुरना है दोनों राह ने ना मनमुख भी राह है ते गुरमुख भी राह है फैसला तुहाडे हाथ च है कि तुसी गुरु साहब की बख्शीश लैनी गुरमुख बनना है या फिर मनमुख बनना है समा मैनू वैसे दिता गया सी 9:45 तक का पर मैनू लगता है कि जत्था आ गया तो मैनू फतेह बुला देनी चाहिए और बड़े प्यार दे नाल अगला जत्था भाई मेहताब सिंह जी अमृतसर वाले बहुत ही रस पिना कीर्तन करते हैं गुरु साहब जी बड़ी अपार कृपा है आओ बड़े प्यार नाल उन्होंने सरवण करिए जी आओ गज बज के फतेह बुलाओ जी दियो सीस बुलाओ फतेह वाहेगुरु जी का खालसा वाहेगुरु जी की फतेह